ਆਮ ਆਦਮੀ ਪਾਰਟੀ ਨੇ ਆਪਣੇ ਜੂਥ ਵਿੰਗ ਦੇ ਪ੍ਰਧਾਨ ਦਾ ਐਲਾਨ ਕੀਤਾ ਮੀਤ ਹੇਰ ਜਿਹੜੇ ਨੌਜਵਾਨ ਵਿਧਾਇਕ ਨੇ ਉਹਨਾਂ ਨੂੰ ਜੂਥ ਵਿੰਗ ਦਾ ਪ੍ਰਧਾਨ ਬਣਾਇਆ ਮੀਤ ਸਾਹਿਬ ਪੰਜਾਬ ਚ ਬੇਰੋਜ਼ਗਾਰੀ ਬਾਰੇ ਤੁਸੀਂ ਕੀ ਰਾਹ ਲੱਭੋਗੇ ਅ ਦੇਖੋ ਤਰਲੋਚਨ ਜੀ ਜਿਹੜੀ ਅ ਅੱਜ ਪੰਜਾਬ ਨਹੀਂ ਪੂਰਾ ਜਿਹੜਾ ਸਾਡਾ ਭਾਰਤ ਇਹਦਾ ਡੈਮੋਗ੍ਰਾਫਿਕ ਡਿਵੀਡੈਂਡ ਜਿਹੜਾ ਅੱਜ ਭਾਰਤ 'ਇਆ ਹੋਇਆ ਜਿਹਦਾ ਮਤਲਬ ਵੀ ਇੱਥੇ ਸਭ ਤੋਂ ਜ਼ਿਆਦਾ 15 ਤੋਂ 59 ਸਾਲ ਦੀ ਉਮਰ ਚ ਪੂਰੇ ਦੁਨੀਆ 'ਚ ਦੇਖੀ ਤਾਂ ਭਾਰਤ 'ਚ ਉਹ ਲੋਕ ਨੇ ਜਿਹੜੇ ਵਰਕਿੰਗ ਕਲਾਸ ਆਪਾਂ ਕਹਿ ਸਕਦੇ ਆ ਜਿਹੜੇ ਕੰਮ ਕਰ ਸਕਦੇ ਆ ਪਰ ਇਹ ਹੋਣ ਦੇ ਬਾਵਜੂਦ ਅਸੀਂ ਇੱਥੋਂ ਜਿਹੜੇ ਸਾਡੇ ਜਰਖੇਜ ਧਰਤੀ ਤੋਂ ਜਿਹੜੇ ਨੌਜਵਾਨਾਂ ਨੂੰ ਅਸੀਂ ਪੜਾ ਲਿਖਾ ਕੇ ਜਿਨ੍ਹਾਂ ਨੂੰ ਅਸੀਂ ਕੰਮ ਦੇ ਲਈ ਰੈਡੀ ਕਰ ਦਿੰਨੇ ਆ ਨੌਕਰੀਆਂ ਦੇ ਲਈ ਰੈਡੀ ਕਰ ਦਿੰਨੇ ਆ ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲਦਾ ਜਾਂ ਤੱਕ ਕੁਝ ਕਬਾਰ ਜਾ ਰਿਹਾ ਹੈ ਜਾਂ ਉਹ ਪਿਛਲੇ ਬੜੇ ਲੰਬੇ ਅਰਸੇ ਤੋਂ ਉਹ ਧਰਨੇ ਲਾਉਣ ਲਈ ਮਜਬੂਰ ਨੇ ਉਹ ਸੰਘਰਸ਼ ਕਰਨ ਲਈ ਮਜਬੂਰ ਨੇ ਉਹ ਸਰਕਾਰਾਂ ਦੀਆਂ ਡਾਂਗਾ ਖਾਣ ਲਈ ਮਜਬੂਰ ਹੈ ਉਹ ਸਰਕਾਰਾਂ ਦੀਆਂ ਵੀ ਜਿਹੜੀਆਂ ਉਹਨਾਂ ਦੇ ਨਾਲ ਵਾਅਦੇ ਕਰਕੇ ਆਈਆਂ ਸੀ ਵੀ ਜੇ ਨੌਕਰੀ ਨਹੀਂ ਤਾਂ ਤੁਹਾਨੂੰ 2500 ਰੁਪਏ ਬੇਰੁਜ਼ਗਾਰ ਪੱਤਾ ਦੇਵਾਂਗੇ ਸੋ ਅੱਜ ਘੱਟੋ ਘੱਟ 1.5 ਲੱਖ ਸਰਕਾਰੀ ਅਸਾਮੀਆਂ ਪੰਜਾਬ ਦੇ ਵਿੱਚ ਖਾਲੀ ਪਈਆਂ ਨੇ ਤੁਸੀਂ ਗੱਲ ਕੀਤੀ ਵੀ ਡਾਂਗਾ ਖਾ ਰਹੇ ਸਰਕਾਰ ਦੀਆਂ ਪਿਛਲੇ ਦਿਨਾਂ ਚ ਪਟਿਆਲੇ ਸੰਘਰਸ਼ ਹੋਇਆ ਔਰ ਉਹ ਜਥੇਬੰਦੀ ਨੇ ਦੱਸਿਆ ਵੀ ਹੁਣ ਕਿਸਾਨ ਕਰਜ਼ਾਈ ਕਿਸਾਨਾਂ ਵਾਂਗ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਖੁਦਕਸ਼ੀਆਂ ਦੇ ਰਾਹ ਵੀ ਪੈ ਰਹੇ ਨੇ ਕੀ ਇਹ ਕਿੱਧਰ ਤੋ ਜਾਊਗਾ ਪੰਜਾਬ ਨੌਜਵਾਨ ਜਿਹਨੂੰ ਉਹਨੂੰ ਪਤਾ ਵੀ ਮੇਰੇ ਪਿਉ ਨੇ ਮੈਨੂੰ ਕਰਜ਼ਾ ਚੱਕ ਕੇ ਪੜਾਇਆ ਮੇਰੇ ਪਿਉ ਨੇ ਆਪਦੇ ਕਦੇ ਨਵੇਂ ਕੱਪੜੇ ਨਹੀਂ ਪਾ ਕੇ ਦੇਖੇ ਵਿਆਹ ਸ਼ਾਦੀਆਂ ਤੇ ਵੀ ਉਹਨੇ ਕਦੇ ਕੋਈ ਆਪਦਾ ਸ਼ੌਂਕ ਨਹੀਂ ਪੂਰਾ ਕੀਤਾ ਪਰ ਮੈਨੂੰ ਕਰਜ਼ਾ ਚੱਕ-ਚੱਕ ਕੇ ਉਹਨੇ ਡਬਲ ਐਮਏ ਕਰਵਾਈ ਉਹ ਘਰੇ ਚਾਹੇ ਇੱਕ ਰੋਟੀ ਖਾਂਦਾ ਸੀ ਚਾਹੇ ਭੁੱਖਾ ਸੌਂਦਾ ਸੀ ਮੈਨੂੰ ਈਟੀਟੀ ਵੀ ਕਰਵਾਈ ਮੈਨੂੰ ਟੈਟਪਾਸ ਵੀ ਕਰਵਾਇਆ ਵੀ ਮੇਰਾ ਜਿਹੜਾ ਪੁੱਤ ਹੈ ਉਹ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਦਾ ਸੁਧਾਰ ਕਰੂਗਾ ਮੇਰੇ ਪਰਿਵਾਰ ਨੂੰ ਧਾਰ ਦੂਗਾ ਇਹ ਤੇ ਬੇਦਗਾਰੀ ਦੀ ਗੱਲ ਇਸ ਤੋਂ ਵੱਡੀ ਇੱਕ ਗੱਲ ਹੈ ਪੰਜਾਬ ਸਰਕਾਰ ਨੇ ਠੇਕਾਦਾਰੀ ਸਿਸਟਮ ਸ਼ੁਰੂ ਕੀਤਾ ਆਊਟਸੋਰਸਿੰਗ ਸ਼ੁਰੂ ਕੀਤੀ ਕਈ ਸਾਲਾਂ ਤੋਂ ਵੱਖ-ਵੱਖ ਵਰਗਾਂ ਦੇ ਮੁਲਾਜ਼ਮ 5000 10000 12000 14000 ਤੇ ਨੌਕਰੀ ਕਰ ਰਹੇ ਨੇ ਉਹ ਉਹ ਕਹਿੰਦੇ ਨੇ ਵੀ ਅਸੀਂ ਜਿਉਂਦੀਆਂ ਲਾਸ਼ਾਂ ਆ। ਨਾ ਸਾਨੂੰ ਰੋਜ਼ਗਾਰ ਮਿਲਿਆ ਨਾ ਨਾ ਰੋਜ਼ਗਾਰ ਮਿਲਿਆ। ਉਹਨਾਂ ਬਾਰੇ ਕੀ ਕਰੋ? ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਤੁਸੀਂ ਦੇਖੋ ਇਹਨਾਂ ਪੜ੍ਹ ਲਿਖ ਕੇ 8-8000 ਤੇ ਆਊਟਸੋਰਸਰਾਂ ਹੀ ਭਰਤੀ ਆ। ਜਾਂ ਠੇਕੇ ਤੇ ਜਿਹੜੇ ਮੁਲਾਜ਼ਮ ਨੇ ਕਈ ਤਾਂ ਸਰਕਾਰੀ ਸਕੂਲਾਂ ਦੇ ਵਿੱਚ 15-1500 ਤੇ 25-2500 ਤੇ ਵੀ ਅੱਜ ਪੜਾਉਣ ਦੇ ਲਈ ਮਜਬੂਰ ਨੇ। ਤੁਸੀਂ ਮੈਨੂੰ ਦੱਸੋ ਵੀ ਜੇ 8000 ਰੁਪਏ 10000 ਰੁਪਏ ਕੀ ਦਾ ਗੁਜ਼ਾਰਾ ਹੋਊਗਾ? ਇਹ ਕੇਵਲ ਤੇ ਕੇਵਲ ਸਰਕਾਰ ਜਿਹੜੀ ਉਹ ਜਿਹੜਾ ਆਊਟਸੋਰਸ ਰਾਹੀਂ ਵੀ ਭਰਤੀ ਕਰਦੀ ਹੈ ਉਹ ਵੀ ਇਸੇ ਕਰਕੇ ਕਰਦੀ ਹੈ ਵੀ ਕੱਲ ਨੂੰ ਜਿਹੜੇ ਨੌਜਵਾਨ ਉਹਨਾਂ ਨੂੰ ਜੇ ਅਸੀਂ ਸਿੱਧਾ ਡਾਇਰੈਕਟ ਕਰ ਲਿਆ ਜਾਂ ਠੇਕੇ ਤੇ ਕਰ ਲਿਆ ਤਾਂ ਕੱਲ ਸਾਨੂੰ ਸਾਡੇ ਤੇ ਕਲੇਮ ਨਾ ਕਰ ਸਕਣ ਜਿਹੜੀ ਰੈਗੂਲਰ ਭਰਤੀ ਵੀ ਕਰ ਲਈ ਜਿਹੜੀ ਇਹ ਦਾਵਾ ਕੀਤਾ ਜਾ ਰਿਹਾ 1 ਲੱਖ ਰੈਗੂਲਰ ਭਰਤੀ ਕਰਨੀ ਹੁੰਦੀ ਨਹੀਂ ਹੁੰਦੀ ਬਾਅਦ ਦੀ ਗੱਲ ਹੈ ਉਹਦੇ ਚ ਮੇਤੀ ਜਿਵੇਂ ਤੁਸੀਂ ਦੱਸਿਆ 3 ਸਾਲ ਤੇ ਉਹਨਾਂ ਨੂੰ ਬੇਸਿਕ ਤਨਖਾਹ ਦੇਣੀ ਹੈ ਇੱਕ ਹੋਰ ਡੰਡਾ ਚਾੜਤਾ ਇੱਕ ਪਾਸੇ ਤੇ ਕੇਂਦਰੀ ਖੇਤੀ ਕਾਨੂੰਨ ਕਹਿੰਦੇ ਵਾਪਸ ਲੋ ਦੂਸਰੇ ਪਾਸੇ ਕੇਂਦਰੀ ਸਕੇਲ ਜਿਹੜੇ ਲਾਗੂ ਹੋਣਗੇ ਜਿਹੜੇ ਨਵੇਂ ਭਰਤੀ ਆਉਣਗੇ ਕਲੇਮ ਤਾਂ ਇਹ ਵੀ ਕਰ ਰਿਹਾ ਵੀ ਅਸੀਂ ਪੰਜਾਬ ਚ 10 ਲੱਖ ਨੌਕਰੀ ਦੇਤੀ ਮੈਨੂੰ ਦੱਸੋ 12000 ਪੰਜਾਬ ਦੇ ਵਿੱਚ ਪਿੰਡ ਹੈ ਹਰੇਕ ਪਿੰਡ 'ਚ 100-100 ਬੰਦਿਆਂ ਨੂੰ ਨੌਕਰੀ ਮਿਲ ਗਈ ਇਹ ਕੇਵਲ ਤੇ ਕੇਵਲ ਹਵਾਈ ਗੱਲਾਂ ਨੇ ਆ ਜਿਹੜੇ ਪਿੱਛੇ ਜੇ ਇਹਨਾਂ ਨੇ ਮੇਲੇ ਲਾਉਂਦੇ ਰਿਹਾ ਰਜਗਾਰ ਮੇਲੇ ਸਭ ਨੂੰ ਪਤਾ ਵੀ ਉਹਨਾਂ 'ਚ ਕਿੰਨਾਂ ਨੂੰ ਨੌਕਰੀਆਂ ਮਿਲੀਆਂ ਐ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਸੀ ਵੀ ਇਦਾਂ ਦਾ ਅਖੇ ਜੀ ਹਲਵਾਈ ਦੀ ਦੁਕਾਨ ਤੇ ਕੰਮ ਕਰਨ ਦੀ ਨੌਕਰੀ ਦਿੰਦੀ ਕਰਾਨੇ ਦੀ ਦੁਕਾਨ ਤੇ ਕੰਮ ਕਰਨ ਦੀ ਨੌਕਰੀ ਦਿੰਦੀ ਨੌਜਵਾਨ ਉੱਥੇ ਜਾਂਦੇ ਸੀ 20 ਤੱਕ ਹੈ ਨਾ ਤੇ ਜਿਹੜੀ ਆਹ ਤੁਸੀਂ ਨਵੀਂ ਗੱਲ ਜਿਹੜੀ ਕਹਿ ਰਹੇ ਹੋ ਕਿ ਜਿਹੜਾ ਇਹ ਕੇਂਦਰੀ ਜਿਹੜੀ ਸਕੀਮ ਹੈ ਹਨਾ ਪਹਿਲਾਂ ਹੀ ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ EMPLOYEES ਆ ਤੁਸੀਂ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਚੁੱਕੇ ਹੋ ਹਾਲਾਂਕਿ ਤੁਸੀਂ ਜਿਹੜੇ ਵਿਧਾਨ ਸਭਾ 'ਚ ਬੈਠਦੇ ਹੋ ਤੁਸੀਂ 10-10 ਪੈਨਸ਼ਨਾਂ ਵੀ ਲੈਨੇ ਹੋ ਪਰ ਉਹਨਾਂ ਨੂੰ 2004 ਚ ਪੈਨਸ਼ਨ ਸਕੀਮ ਤੋਂ ਕੱਢਤਾ ਹੁਣ ਤੁਸੀਂ ਇੱਕ ਪਾਸਤਾ ਸੀ ਕਹਿ ਰਹੇ ਆ ਅਸੀਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਆ ਸਟੇਟ ਦੇ ਆਧਿਕਾਰਾਂ ਦੀ ਗੱਲ ਕਰਦੇ ਆ ਅਸੀਂ ਕਹਿਣਾ ਕੇਂਦਰੀ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣੇ ਚਾਹੀਦੇ ਅਸੀਂ ਕੇਂਦਰ ਵਾਲੇ ਮਤਿਆਂ ਨੂੰ ਵੀ ਰੱਦ ਕਰਕੇ ਭੇਜ ਦਿੰਨੇ ਆ ਪਰ ਇੱਕ ਪਾਸੇ ਜਦੋਂ ਤੁਹਾਨੂੰ ਕੋਈ ਆਪ ਦੇ ਫਾਇਦੇ ਦੀ ਗੱਲ ਆਉਂਦੀ ਹੈ ਜਦ ਕਿਸੇ ਵਰਗ ਦਾ ਸ਼ੋਸ਼ਣ ਕਰਨ ਦੀ ਗੱਲ ਆਉਂਦੀ ਆ ਤਾਂ ਤੁਸੀਂ ਉੱਥੇ ਕਹਿਣਿਓ ਜਿਹੜੇ ਸਾਡੇ ਪੰਜਾਬ ਦੇ এমਪਲਾਈਜ਼ ਨੂੰ ਚੰਗੀ ਭਲੀ ਜਿਹੜੀ ਇੱਥੇ ਸਾਡੀ ਸਕੇਲ ਹੈ ਮਿਲ ਰਹੀ ਹੈ ਹਾਲਾਂਕਿ ਰੈਗੂਲਰ ਬਹੁਤ ਥੋੜੇ ਆ ਪਰ ਕੁਝ ਨੂੰ ਤਾਂ ਮਿਲ ਰਿਹਾ ਹੁਣ ਤੁਸੀਂ ਕਹਿਣਿਓ ਵੀ ਜਿਹੜੀ ਨਵੀਂ ਸਕੀਮ ਆਉਗੀ ਉਹਦੇ ਵਿੱਚ ਅਸੀਂ ਕੇਂਦਰ ਦੀ ਜਿਹੜੀ ਪੇ ਸਕੇਲ ਆ ਉਹ ਦੇਵਾਂਗੇ ਇੱਕ ਪਾਸੇ ਬਜਟ ਸੈਸ਼ਨ ਚ ਵਿੱਤ ਮੰਤਰੀ ਮਾਨਪ੍ਰੀ ਬਾਦਲ ਉਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ ਸੀ ਵੀ ਹੁਣ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਜਿਹੜੀ ਮੁਲਾਜ਼ਮਾਂ ਦੀ ਰਿਟਾਇਰਮੈਂਟ ਦੀ ਐਜ ਹੈ ਉਹ 60 ਤੋਂ 58 ਸਾਲ ਕਰ ਦਿੱਤੀ ਹੈ ਤੇ 58 ਸਾਲ ਤੋਂ ਬਾਅਦ ਵਾਲਾ ਨਹੀਂ ਰੱਖਿਆ ਜਾਊਗਾ ਪਰ ਰੀਪੋਇੰਟਮੈਂਟ ਕੀਤੀ ਜਾ ਰਹੀ ਕਾਫੀ ਵਿਭਾਗਾਂ ਚ ਪੰਜਾਬ ਦੇ ਜਿਹੜੇ ਨੌਜਵਾਨ ਸੜਕਾਂ ਤੇ ਬੈਠੇ ਆ ਉਹਨਾਂ ਦਾ ਕੰਮ ਕਿਦਾਂ ਚੱਲੂਗਾ ਜਿਹੜੇ ਅੱਜ ਥੋਡੀਆਂ ਡਾਂਗਾ ਖਾ ਰਿਹਾ ਜਿਹੜੇ ਟੈਂਕੀਆਂ ਤੇ ਚੜੇ ਬੈਠੇ ਆ ਉਹ ਕਿੱਧਰ ਨੂੰ ਜਾਣਗੇ ਜਿਨ੍ਹਾਂ ਨਾਲ ਤੁਸੀਂ ਇਹ ਵਾਅਦੇ ਕਰਕੇ ਆਈ ਸੀ ਵੀ ਕੈਪਟਨਸ ਉਹ ਚੱਕੀ ਹਰ ਘਰ ਨੌਕਰੀ ਪੱਕੀ ਉਹਨਾਂ ਦਾ ਕੀ ਕਰੋਗੇ ਉਹਨਾਂ ਨੂੰ ਤੁਸੀਂ ਬੇਰਜਗਰ ਪੱਤਾ ਵੀ ਨਹੀਂ ਦੇ ਰਹੇ ਇਹ ਕੇਵਲ ਤੇ ਕੇਵਲ ਜਿਹੜੇ ਇਹਨਾਂ ਦੇ ਆਪ ਦੇ ਕੋਈ ਖਾਸ ਲੋਕ ਨੇ ਜਿਹੜੇ ਇਹਨਾਂ ਨੂੰ ਹੋ ਸਕਦਾ ਹੈ ਵੀ ਵਿੱਚੋਂ ਕਮਿਸ਼ਨ ਵੀ ਦਿੰਦੇ ਹੋਣ ਜਿਹੜੇ ਪੁਰਾਣੇ ਬੰਦੇ ਇਹਨਾਂ ਨੇ ਠੱਗੀਆਂ ਠੋਰੀਆਂ ਮਾਰ ਲਈ ਰੱਖੇ ਹੋਇਆ ਉਹਨਾਂ ਕਰਕੇ ਇਹ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਧੋਖਾ ਕਰ ਰਹੇ ਆ ਮੀਤ ਹੇਰ ਕਿਵੇਂ ਸੋਚਦਾ ਪੰਜਾਬ ਦਾ ਜੂਸ ਜਿਹੜਾ ਬੇਰੁਜ਼ਗਾਰ ਹੈ ਜਿਹੜਾ ਹੁਣ ਕਹਿੰਦੇ ਖੁਦਕਸ਼ੀਆਂ ਦੇ ਰਾਹ ਵੀ ਤੁਰ ਸਕਦਾ ਜੇ ਖੁਦਕਸ਼ੀਆਂ ਦੇ ਰਾਹ ਨਹੀਂ ਨਸ਼ਿਆਂ ਦੇ ਰਾਹ ਵੀ ਤੁਰ ਸਕਦਾ ਜੇ ਨਸ਼ਿਆਂ ਦੇ ਰਾਹ ਨਹੀਂ ਤਾਂ ਹੋਰ ਵੀ ਕਿਹੇ ਗਲਤ ਪਾਸੇ ਜਾ ਸਕਦਾ ਅਪਰਾਧ ਵਾਲੇ ਪਾਸੇ ਜਾ ਸਕਦਾ ਨੀਤ ਕਿਵੇਂ ਉਹਨਾਂ ਨੂੰ ਨੌਕਰੀਆਂ ਦਵਾਏਗਾ ਦੇਖੋ ਤਰਲੋਚਨ ਜੀ ਇੱਛਾ ਸ਼ਕਤੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹਨਾ ਜੇ ਦਿੱਲੀ ਸਰਕਾਰ ਨੇ 5 ਸਾਲਾਂ ਦੇ ਜਿਹੜਾ ਆਪਣਾ ਬਜਟ ਹੈ ਉਹ ਡਬਲ ਕਰਕੇ ਜਿਹੜਾ ਦਿਖਾਇਆ ਤੇ ਸਾਡੀ ਪੰਜਾਬ ਸਰਕਾਰ ਦਾ ਬਜਟ ਹੈ ਜਿਹੜਾ ਹਰੇਕ ਸਾਲ ਜਿਹੜਾ ਉਹ ਘਟਦਾ ਜਾਂਦਾ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਤੁਹਾਡੇ ਰਾਹੀਂ ਵੀ ਅਪੀਲ ਹੈ ਕਿ ਤੁਹਾਨੂੰ ਨੌਜਵਾਨ ਨੂੰ ਆਪ ਦੀ ਲੜਾਈ ਆਪ ਲੜਨੀ ਪੈਣੀ ਹੈ ਜਿਹੜੇ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਅੱਜ ਉਹ ਜਿਨ੍ਹਾਂ ਨੇ ਮਰਜ਼ੀ ਦਾਵੇ ਕਰੀ ਜਾਣ ਜਿਹੜੇ ਪ੍ਰਾਈਵੇਟ ਕੰਪਨੀਆਂ ਤੋਂ ਥੋੜੀ ਲੁੱਟ ਕਰਵਾ ਰਹੇ ਹੈ ਹਨਾ ਉਹ ਕਦੇ ਪੰਜਾਬ ਨੂੰ ਜਿਹੜਾ ਲੀਹਾਂ ਤੇ ਦਵਾਰਾ ਨਹੀਂ ਚਾ ਸਕਦੇ ਸੋ ਮੀਥ ਇਹਦਾ ਕਹਿਣਾ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਜੋ ਮਰਜੀ ਦਾਅਵੇ ਕਰੀ ਜਾਣ ਪਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਲਈ ਆਪਣਾ ਭਵਿੱਖ ਬਚਾਉਣ ਲਈ ਆਪਣਾ ਭਵਿੱਖ ਸਵਾਰਨ ਲਈ ਖੁਦ ਅੱਗੇ ਆਉਣਾ ਪਊਗਾ ਸੰਘਰਸ਼ ਵੀ ਕਰਨਾ ਪਊਗਾ